ਸਾਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਕਰਤਾਰ ਹੀ ਜਿਹੜਾ ਹੋਟਲ ਹੈਗਾ ਇਹਦੇ ਵਿੱਚ ਕੋਈ ਕੁੜੀਆਂ ਮੁੰਡੇ ਜਿਹੜੇ ਕਿ ਨਜਾਇਜ਼ ਤੌਰ 'ਤੇ ਆਉਂਦੇ ਜਾਂਦੇ ਨੇ। ਸਾਡੇ ਇਸ ਹੋਟਲ ਦੇ ਮਾਲਕ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ ਵੀ ਇੱਥੇ ਮਹੱਲਾ ਵੱਸਦਾ, ਮਹੱਲੇ ਵਿੱਚ ਇਹ ਗਲਤ ਕੰਮ ਹੋਣਾ ਚੰਗਾ ਨਹੀਂ ਲੱਗਦਾ। ਤੁਸੀਂ ਆਪ ਵਕੀਲ ਹੈਗੇ ਹੋ, ਤੁਹਾਨੂੰ ਆਪ ਚਾਹੀਦਾ। ਸਾਡੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਵੀ ਇਸ ਬੰਦੇ ਨੇ ਇਹ ਹੋਟਲ ਨੂੰ ਕੋਈ ਬੰਦ ਨਹੀਂ ਕੀਤਾ, ਨਾ ਕੋਈ ਕੁਛ ਨਹੀਂ ਕੀਤਾ। ਫਿਰ ਮਹੱਲੇ ਨੇ ਫਿਰ ਮੇਰੇ ਕੋਲ ਅੱਜ ਆਏ ਨੇ ਜੀ, ਇੱਦਾਂ ਤਾਂ ਕੁੜੀਆਂ ਮੁੰਡੇ ਅੰਦਰ ਵੜੇ ਆ, ਅਤੇ ਆਪਾਂ ਅੱਜ ਇਹਨਾਂ ਨੂੰ ਮਤਲਬ ਜਿਹੜੀ ਕਾਰਵਾਈ ਬੰਦੀ ਕਾਨੂੰਨੀ ਕਾਰਵਾਈ ਉਹ ਉਸ ਤਰੀਕੇ ਨਾਲ ਅਸੀਂ ਹੋਟਲ ਬੰਦ ਕਰਾ ਲਵਾਂਗੇ। ਅਤੇ ਜੋ ਇਹਦੇ ਫੈਂਸ ਬੰਦੇ ਆ, ਅਸੀਂ ਮਹੱਲੇ ਨੂੰ ਵੱਲੋਂ ਸਹਿਮਤ ਹੋ ਗਏ ਨਾਲ ਬੰਦ ਕਰਾਵਾਂਗੇ ਨਾਲੇ। ਅਤੇ ਜੋ ਤਾਲਾਬੰਦੀ ਥੋੜ੍ਹੇ ਦਿਨ ਪਹਿਲਾਂ ਵੀ ਹੋਇਆ ਸੀ, ਕਾਫੀ ਲੰਬਾ ਸਮਾਂ ਹੋ ਚੁੱਕਾ, ਪੁਲਿਸ ਨੂੰ ਸਲਾਹ ਦਿੱਤੀ ਹੋਈ ਆ। ਹਾਂਜੀ ਹਾਂਜੀ, ਮੇਰੇ ਸਾਹਿਬ ਘੰਟਾ ਕਰੀਬ ਹੋ ਗਿਆ ਜੀ ਜਦੋਂ ਸਾਡੀ ਗੱਲ ਹੋਈ ਸੀ, ਪਰ ਪੁਲਿਸ ਵਾਲਾ ਮੌਕੇ 'ਤੇ ਨਹੀਂ ਪਹੁੰਚੀ। ਥੋੜ੍ਹੇ ਦਿਨ ਪਹਿਲਾਂ ਵੀ ਇਸੇ ਹੋਟਲ 'ਚੋਂ ਦੋ ਲੜਕੇ ਥੋੜ੍ਹੇ ਦਿਨ ਪਹਿਲਾਂ ਵੀ ਪਤਾ ਲੱਗਾ ਬਰਾਮਦ ਹੋਇਆ। ਫਿਰ ਅਸੀਂ ਇਸ ਹੋਟਲ ਦੇ ਜਿਹੜੇ ਗੱਲ ਕਰਤਾ ਦੱਸਦਾ ਮੈਨੇਜਰ ਜੀ, ਉਹਨਾਂ ਨੂੰ ਗੱਲ ਕੀਤੀ ਵੀ ਤੁਹਾਡੇ ਅੱਜ ਹੋਟਲ 'ਚ ਅੱਜ ਦਾਤ ਲੈ ਕੇ ਬਣੇ ਆ, ਤੁਸੀਂ ਚੈੱਕ ਕਿਉਂ ਨਹੀਂ ਕਰਦੇ? ਠੀਕ ਹੈ ਜੀ, ਉਸ ਦਾ ਅੱਜ ਕੱਲ੍ਹ ਹੱਥ ਤੋਂ ਇੰਨਾ ਸ਼ਰਟ ਫੈਲੇ ਆ, ਕਈ ਟਿਫਨ ਬੰਦ ਕਰ ਰਹੇ ਆ, ਹੋਰ ਬੰਦ ਕਰ ਰਹੇ ਆ। ਆਪਣੇ ਇਸ ਹੋਟਲ 'ਚ ਕੋਈ ਕਾਲਜਰ ਵਿਅਕਤੀ, ਕੋਈ ਅਣਪਛਾਣ ਵਿਅਕਤੀ, ਕੋਈ ਹਥਿਆਰ ਲੈ ਕੇ ਇਕੱਲੇ ਦਾਤ ਹੀ ਸੀਗੇ ਜਾਂ ਕੁਛ ਹੋਰ ਵੀ? ਉਹ ਦਾਤ ਨੂੰ ਸਾਡੇ ਮਹੱਲੇ ਬੰਦੇ ਮਾਰ ਨੂੰ ਪਿਆ ਬੰਦਾ ਵਾਲਾ। ਭਾਅ ਜੀ ਜਿਹੜਾ ਮਕਾਨ ਹੈ ਜਿਹਨੂੰ ਹੋਟਲ ਬਣਾਇਆ ਗਿਆ, ਕਿਹਨਾਂ ਦਾ ਮਕਾਨ ਹੈ, ਕੀ ਨਾਮ ਹੈ? ਵਕੀਲ ਨੇ ਭੁਪਿੰਦਰ ਸਿੰਘ ਕਾਲੜਾ। ਉਹ ਕਿੱਥੇ ਰਹਿੰਦੇ ਨੇ? ਉਹ ਆਪ ਲਈ ਇੱਥੇ ਰਹਿੰਦੇ ਜੀ, ਉਹ ਗੁਰਦੁਆਰਾ ਸਾਈਡ 'ਤੇ ਰਹਿੰਦੇ ਜੀ। ਇਹ ਕੰਮ ਜੀ 2 ਸਾਲ ਚੱਲ ਰਹੇ ਆ, ਇਸ ਤੋਂ ਪਹਿਲਾਂ ਇਹਨੇ ਪੀਜੀ ਕਮਰੇ ਬਣਾਏ ਸੀ। 2 ਸਾਲ ਤੋਂ ਕੰਮ ਚੱਲ ਰਿਹਾ ਸੀ, 2 ਸਾਲ ਦੇ ਵਿੱਚ 2 ਵਾਰੀ ਸ਼ਿਕਾਇਤ ਦਿੱਤੀ? ਨਹੀਂ, 2-3-4 ਕੀਤੀ ਆਪਣੇ ਤੌਰ 'ਤੇ ਕੀਤੀ। ਪਹਿਲਾਂ ਪੀਜੀ ਕਰਾਏ ਸੀ ਕਮਰੇ? ਪਹਿਲਾਂ ਪੀਜੀ ਕਮਰੇ ਕਰਾ ਚਾਲੇ ਸੀ, ਕੁੜੀਆਂ ਮੁੰਡੇ ਆਏ, ਸਟੂਡੈਂਟ ਰਹਿੰਦੇ ਚਲੇ ਜਾਂਦੇ ਸੀ। ਹੁਣ ਇਹਨੇ ਇਹਨੂੰ ਪੀਜੀ ਨੂੰ ਹੋਟਲ 'ਚ ਤਬਦੀਲ ਕਰ ਦਿੱਤਾ ਹੈ। ਮੇਰਾ ਦੀਪਕ ਕੁਮਾਰ ਜੀ। ਦੀਪਕ ਜੀ, ਤੁਹਾਡੇ ਵੱਲੋਂ ਮਹੱਲੇ ਨਿਵਾਸੀ ਵੱਲੋਂ ਕੰਪਲੇਂਟ ਗਈ ਸੀ? ਹਾਂਜੀ ਹਾਂਜੀ, ਸਾਡੇ ਮਹੱਲੇ ਵਾਸਿਆਂ ਵੱਲੋਂ ਕੰਪਲੇਂਟ ਸੀਗੀ ਕਿ ਭਾਅ ਜੀ ਇਹ ਸਾਲ ਤੋਂ ਬੜੀ ਪਰੇਸ਼ਾਨੀ ਚੱਲ ਰਹੀ ਸੀ ਕਿ ਕੁੜੀਆਂ ਮੁੰਡੇ ਇੱਥੇ ਆਉਂਦੇ ਆ, ਨਜਾਇਜ਼ ਤੌਰ 'ਤੇ ਆਉਂਦੇ ਆ ਜੋੜੇ, ਕੋਈ ਵਿਆਹ ਹੁੰਦਾ, ਕੋਈ ਕਈ ਤਾਂ ਨਾਬਾਲਗ ਵੀ ਅਸੀਂ ਦੇਖਿਆ ਵੀ ਇੱਥੇ ਆਉਂਦੀਆਂ ਕੁੜੀਆਂ। ਪਰ ਅਸੀਂ ਪੁਲਿਸ ਨੂੰ ਕੰਪਲੇਂਟ ਇੱਕ ਵਾਰੀ ਕੀਤੀ, ਉਹਨਾਂ ਨੇ ਪਰਚਾ ਦਿੱਤਾ ਸੀ 57 ਦਾ, ਅਤੇ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਨੇ 5-6 ਜੋੜੇ ਸਵੇਰ ਦੇ ਅੰਦਰ ਵੜੇ ਸੀਗੇ। ਉਹਦੇ ਦੌਰਾਨ ਫਿਰ ਇਸ ਮਹੱਲੇ ਵਾਲੀ ਪਰੇਸ਼ਾਨ ਸੀਗੇ ਜੀ, ਬਈ ਦੇਖੋ ਜੀ ਅਜੇ ਵੀ ਇਹਨਾਂ ਨੇ ਕੰਮ ਨਹੀਂ ਬੰਦ ਕੀਤਾ। ਉਹਦੇ ਦੌਰਾਨ ਫਿਰ ਮਹੱਲੇ ਵਾਲਿਆਂ ਨੇ ਕੰਟਰੋਲ ਰੂਮ 'ਚ ਫੋਨ ਕੀਤਾ, ਉਸ ਤੋਂ ਬਾਅਦ SHO ਸਾਹਿਬ ਅਤੇ ਪ੍ਰੈਸ ਨੇ ਪੂਰਾ ਮੌਕੇ 'ਤੇ ਸਾਡਾ ਸਾਥ ਦਿੱਤਾ ਅਤੇ ਆ ਕੇ ਪੂਰੀ ਕਾਰਵਾਈ ਕੀਤੀ। ਕਿੰਨੇ ਜੋੜੇ ਫਿਰ ਇਹ ਭਾਅ ਜੀ? 1 ਸਾਲ ਤੋਂ ਕੰਮ ਚੱਲ ਰਿਹਾ। ਕਿੰਨੇ ਜੋੜੇ ਬਰਾਮਦ? ਇਹ 4-5 ਜੋੜੇ ਬਰਾਮਦ ਹੋਏ। ਮਹੱਲੇ ਦੇ ਵਿੱਚ ਕਿੱਦਾਂ ਰਹਿਸ਼ੀ ਇਲਾਕਾ ਹੈਗਾ, ਉੱਥੇ ਹੋਟਲ ਖੁੱਲ੍ਹ ਸਕਦਾ? ਦੇਖੋ ਜੀ, ਇਹ ਤਾਂ ਕਾਨੂੰਨ ਹੀ ਦੱਸ ਸਕਦਾ ਜੀ, ਇਸ ਦੇ ਬਾਰੇ ਮੈਨੂੰ ਨਹੀਂ ਪਤਾ। ਇਹਦੇ ਬਾਰੇ ਤਾਂ ਦੇਖੋ, ਜਦੋਂ ਹੋਟਲ ਖੁੱਲ੍ਹਦਾ ਸਾਨੂੰ ਤਾਂ ਇਹ ਚੀਜ਼ਾਂ ਪਤਾ ਜੀ, LOC ਹੋਣੀ ਚਾਹੀਦੀ ਹੈ, ਪਾਰਕਿੰਗ ਹੋਣੀ ਚਾਹੀਦੀ ਹੈ, ਫਾਇਰ ਬ੍ਰਿਗੇਡ ਦੇ ਪੂਰੇ ਪ੍ਰਬੰਧ ਹੋਣੇ ਚਾਹੀਦੇ ਆ, ਅਤੇ ਕਾਰਪੋਰੇਸ਼ਨ ਦਾ ਲਾਇਸੈਂਸ ਹੋਣਾ ਚਾਹੀਦਾ ਜੀ। ਇਹ ਹੁਣ ਪਤਾ ਨਹੀਂ ਇਹਦੇ ਕੋਲ ਕੀ ਚੀਜ਼ਾਂ ਹੈਗੀਆਂ, ਕਿਉਂ ਚਲਾ ਰਿਹਾ, ਕਿਸ ਤਰੀਕੇ ਨਾਲ ਚਲਾ ਰਿਹਾ। ਸਰਟੀਫਿਕੇਟ ਦਿਖਾ ਰਿਹਾ ਸੀ ਇਹ ਕਾਰਪੋਰੇਸ਼ਨ ਦਾ ਸਰਟੀਫਿਕੇਟ ਬਣਾ ਰਿਹਾ, ਇਹ ਕਾਰਪੋਰੇਸ਼ਨ ਦੀ ਮਿਲੀ ਭੁਗਤਾਨਾ ਹੋ ਸਕਦਾ ਜੀ? ਜੇ ਸਰਟੀਫਿਕੇਟ ਬਣਾਇਆ ਤੇ ਕਾਰਪੋਰੇਸ਼ਨ ਨੂੰ ਰਜਿਸਟਰੀ ਦੇਖਣੀ ਚਾਹੀਦੀ ਹੈ ਕਿ ਇਸ ਜਗ੍ਹਾ ਦੀ ਰਜਿਸਟਰੀ ਹੈਗੀ ਹੈ। ਹੈ ਹੀ ਨਹੀਂ ਮਕਾਨ ਕਿਹਨਾਂ ਦਾ, ਕੀ ਨਾਮ ਹੈ? ਇਹ ਮਕਾਨ ਤਾਂ ਬਿਲਕੁਲ ਜੋਗਿੰਦਰ ਸਿੰਘ ਦੇ ਨਾਮ ਤੇ ਬੋਲਦਾ ਜੀ, ਇਹ ਪਨੂਮਾ ਟਰੱਸਟ ਦੇ ਵਿੱਚ ਕੀ ਕਰਦੇ ਹੋ? ਉਹ ਤਾਂ ਭਾਜੀ ਮਰਮੂਰ ਵਿੱਚ ਚੱਕੇ ਹੋਏ ਜੀ। ਹੁਣ ਕੌਣ ਚਲਾ ਰਿਹਾ ਹੋ? ਇਹ ਭੁਪਿੰਦਰ ਸਿੰਘ ਚਲਾ ਰਹੇ ਜੀ। ਇਹ ਕਿੱਥੇ ਦੇ ਰਹਿਣ ਵਾਲੇ? ਇਹ ਭਾਜੀ ਸੰਗਤ ਸਿੰਘ ਨਗਰ ਦੇ ਰਹਿਣ ਵਾਲੇ। ਭੁਪਿੰਦਰ ਜੀ ਕੀ ਕਰਦੇ ਨੇ? ਭੁਪਿੰਦਰ ਜੀ ਵਕਾਲਤ ਕਰਦੇ ਆ। ਅੱਜ ਸਾਨੂੰ ਮਹੱਲਾ ਸੀ ਇਹ ਬੰਦਾ ਬਹਾਦਰ ਨਗਰ, ਇੱਥੇ ਕਰਤਾਰ ਇਨ ਇੱਕ ਗੈਸਟ ਹਾਊਸ ਹੈ, ਉੱਥੋਂ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਗਲਤ ਕੰਮ ਹੋ ਰਿਹਾ, ਅਤੇ ਅਸੀਂ ਉੱਥੇ ਜਾ ਕੇ ਇੱਕ 3 ਜੋੜਿਆਂ ਨੂੰ ਅਸੀਂ ਰਿਕਵਰ ਕੀਤਾ, ਜਿਹਦੇ ਵਿੱਚ ਮੈਨੇਜਰ ਵੀ ਇੱਕ ਲੈ ਕੇ ਆਉਂਦਾ, ਜਿਹਦਾ ਨਾਮ ਜਸਪਾਲ ਸਿੰਘ ਪੁੱਤਰ ਜੈਪ ਸਿੰਘ ਵਾਸੀ ਹਾਊਸ ਨੰਬਰ 18/2 ਸੰਗਤ ਸਿੰਘ ਨਗਰ ਜਲੰਧਰ। ਇਹਦਾ ਮਾਲਕ ਜਿਹੜਾ ਉਹ ਭੁਪਿੰਦਰ ਸਿੰਘ ਆ, ਅਤੇ ਉਹਦਾ ਸਾਨੂੰ ਰਹਿਸ਼ ਦਾ ਨਹੀਂ ਪਤਾ ਲੱਗਾ, ਉਹਨੂੰ ਅਸੀਂ ਦੇਖਦੇ ਹਾਂ, ਬਾਕੀ ਜੋ ਵੀ ਕਾਨੂੰਨੀ ਕਾਰਵਾਈ ਅਸੀਂ ਦੇਖ। ਸਰ ਗੱਲ ਕਰੀਏ, ਇੱਕ ਮਹੱਲੇ ਦੇ ਵਿੱਚ ਗੈਸਟ ਹਾਊਸ ਖੋਲ੍ਹਿਆ ਹੈ, ਕੀ ਇਹਨਾਂ ਨੂੰ ਨਗਰ ਨਿਗਮ ਵੱਲੋਂ ਪਰਮਿਸ਼ਨ ਮਿਲੀ ਹੋਈ ਸੀ? ਉਹ ਇਹਨਾਂ ਕੋਲ ਅਸੀਂ ਵੈਰੀਫਾਈ ਕਰ ਲੈਂਦੇ ਹਾਂ ਵੀ ਇਹ ਬਣਾ ਸਕਦੇ ਕਿ ਦੂਜਾ ਨਗਰ ਨਿਗਮ ਵੱਲੋਂ ਕੋਈ ਹੈ ਪਰਮਿਸ਼ਨ, ਉਹਦੇ ਕਾਗਜ਼ ਪੱਤਰ ਅਸੀਂ ਦੇਖ ਕੇ। ਉਹਨਾਂ ਦੇ ਅਸੀਂ ਆਈ ਡੀ ਪਰੂਫ ਲੈ ਕੇ ਨਾ, ਹੁਣ ਜੋ ਵੀ ਇਹਨਾਂ ਨੇ ਲੈ ਉੱਥੋਂ ਇੱਕ ਵਾਰੀ ਤਾਂ ਅਸੀਂ ਲਿਆ ਇਹਨਾਂ ਨੂੰ ਸਾਰਾ ਲੈ ਕੇ ਕਾਗਜ਼ ਲੈ ਕੇ ਅਸੀਂ ਵੈਰੀਫਾਈ ਕਰ।
ਇਹ ਮਕਾਨ ਭੁਪਿੰਦਰ ਸਿੰਘ ਨਾਮ ਦਾ ਹੈ ਅਤੇ ਇਹਦਾ ਜੋ ਵੀ ਐਡਰੈਸ ਹੈ ਇਹ ਪਤਾ ਕਰਕੇ ਨਾ ਵੈਰੀਫਾਈ ਕਰਕੇ ਪਤਾ ਕਰਦੇ ਹਾਂ ਤਾਂ ਜਸਪਾਲ ਸਿੰਘ ਗਿਆ ਜਿਹੜਾ ਮੈਨੇਜਰ ਸੀ ਉਹਨੂੰ ਅਸੀਂ ਇਸ ਵੇਲੇ ਰਿਕਵਰ ਕੀਤਾ ਕਿਹੜੇ ਨਾ ਮਾਲਕ ਨਾਲ ਅਜੇ ਤੱਕ ਨਹੀਂ ਗੱਲ ਹੋਈ ਅਸੀਂ ਉਹਨੂੰ ਰਿਕਵਰ ਕਰਕੇ ਬੰਦੇ ਇੱਥੇ ਲੈ ਕੇ ਆਏ ਮੈਨੇਜਰ ਜਸਪਾਲ ਸਿੰਘ ਮੈਨੇਜਰ ਨਾਲ ਕੁਛ ਨਹੀਂ ਬਸ ਅਸੀਂ ਕੋਈ ਗੱਲਬਾਤ ਨਹੀਂ ਅਜੇ ਉਹਨਾਂ ਅਸੀਂ ਲੈ ਕੇ ਹੀ ਆਏ ਹਾਂ